ਦੋਸਤੋ ਤੁਸੀਂ ਇਸ ਟਾਈਮ ਜੁੜ ਚੁੱਕੇ ਹੋ ਪੰਜਾਬ ਨੈਸ਼ਨਲ ਨਿਊਜ਼ ਦੇ ਨਾਲ ਅਤੇ ਮੈਂ ਹਾਂ ਜਸਵੀਰ ਸਿੰਘ। ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਦੀਵਾਲ ਤੋਂ। ਭਰਾ ਹੀ ਭਰਾ ਦਾ ਬਣਿਆ ਦੁਸ਼ਮਣ, ਛੋਟੇ ਭਰਾ ਨੇ ਵੱਡੇ ਭਰਾ ਦਾ ਕੀਤਾ ਕਤਲ। ਗੜ੍ਹਦੀਵਾਲ ਦੇ ਨੇੜੇ ਪਿੰਡ ਰਮਦਾਸਪੁਰ ਵਿਖੇ ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਬੇਹਰਾਮੀ ਨਾਲ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਮਦਾਸਪੁਰ ਦੇ ਬੀਤੀ ਦੇਰ ਰਾਤ ਉਸ ਦੇ ਛੋਟੇ ਭਰਾ ਮਨਪ੍ਰੀਤ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਦੋਸ਼ੀ ਵੱਲੋਂ ਰਾਤ ਕਤਲ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਸਮਿੰਦਰ ਸਿੰਘ ਨੂੰ ਫੋਨ 'ਤੇ ਕਿਹਾ ਕਿ ਸਾਡੇ ਘਰ ਬੰਦੇ ਪੈ ਗਏ ਹਨ। ਸਰਪੰਚ ਵੱਲੋਂ ਤੁਰੰਤ ਗੜ੍ਹਦੀਵਾਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਪੁਲਿਸ ਸਰਪੰਚ ਨਾਲ ਮੌਕੇ 'ਤੇ ਘਰ ਪੁੱਜੀ ਤਾਂ ਘਰ ਦੀਆਂ ਲਾਈਟਾਂ ਬੰਦ ਸੀ ਅਤੇ ਬਾਹਰਲੀ ਗੇਟ ਵੀ ਲੱਗਾ ਹੋਇਆ ਸੀ। ਪੁਲਿਸ ਵੱਲੋਂ ਜਦੋਂ ਕਮਰੇ ਅੰਦਰ ਜਾ ਕੇ ਵੇਖਿਆ ਤਾਂ ਮਨਜੋਤ ਸਿੰਘ ਦੇ ਗਲੇ 'ਤੇ ਤੇਜ਼ਧਾਰ ਹਥਿਆਰ ਨਾਲ ਗਲਾ ਪੂਰੀ ਤਰ੍ਹਾਂ ਨਾਲ ਕੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਉਕਤ ਮ੍ਰਿਤਕ ਨੌਜਵਾਨ ਦੇ ਮਾਂ ਪਿਓ ਵੀ ਕਾਫੀ ਸਮਾਂ ਪਹਿਲੇ ਹੀ ਮੌਤ ਹੋ ਚੁੱਕੀ ਹੈ। ਇਹ ਦੋਵੇਂ ਭਰਾ ਦਾਦੀ ਨਿਰੰਜਨ ਕੌਰ, ਪਤਨੀ ਲੰਬੜਦਾਰ ਹਰਭਜਨ ਸਿੰਘ ਦੇ ਨਾਲ ਰਹਿ ਰਹੇ ਸਨ। ਉਕਤ ਕਤਲ ਦੀ ਘਟਨਾ ਦਾ ਪਤਾ ਚੱਲਦਿਆਂ ਹੀ ਸਾਰਾ DSP ਟਾਂਡਾ ਹਰਜੀਤ ਸਿੰਘ, ਰੰਧਾਵਾ SHO ਇੰਸਪੈਕਟਰ ਹਰਦੇਵਪ੍ਰੀਤ ਸਿੰਘ ਅਤੇ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਤੁਹਾਡੇ ਘਰ ਵਾਲੇ ਹੈਗੇ ਆ ਕਿ ਐਕਸਪਾਇਰ ਹੋ ਗਏ? ਇੱਕ ਮੁੰਡੇ ਦਾ ਕਤਲ ਕਿੱਦਾਂ ਹੋਇਆ ਤੁਹਾਡੇ ਦਾ? ਜਿਹੜਾ ਤੁਹਾਡੇ ਮੁੰਡੇ ਦਾ ਕਤਲ ਕਿੱਦਾਂ ਹੋਇਆ? ਪਤਾ ਨਹੀਂ ਮੈਨੂੰ, ਪਤਾ ਮੈਂ ਕੀ ਨਾਂ ਸੀ ਤੁਹਾਡੇ ਮੁੰਡੇ ਦਾ? ਮਨਜੋਤ। ਉਮਰ ਕਿੰਨੀ ਹੈ ਇਹਦੀ? 22 ਸਾਲ ਹੋਣੀ ਹੈ। ਮਨਜੋਤ ਸਿੰਘ ਸਨ ਆਫ ਹਰਭਜਨ ਸਿੰਘ 22 ਸਾਲ ਹੋ ਗਏ? ਨਹੀਂ 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 ਹਰਭਜਨ ਜੀ, ਬਾਬਾ ਸੀ ਹਰਭਜਨ ਸਿੰਘ। ਤੁਹਾਡੇ ਘਰ ਵਾਲੇ ਦਾ ਕਿੰਨਾ? ਤੁਸੀਂ ਦਾਦੀ ਹੋ? ਹਾਂ ਜੀ, ਮੈਂ ਦਾਦੀ ਹਾਂ। ਠੀਕ ਹੈ। ਬਾਪ ਮਰ ਗਏ। ਮਾਤਾ ਇਹਨਾਂ ਦੀ? ਮਾਤਾ ਹੈ, ਮਾਤਾ ਵੀ ਪੂਰੀ ਹੋ ਗਈ ਹੈ। ਅੱਛਾ। ਖੇਤੀਬਾੜੀ